ਮੈਂ ਵਿਜ ਸਿੰਘ ਸਰਪੰਚ ਭੈਟ ਆਇਆ ਤਹਿਸੀਲ ਖਡੂਰ ਸਾਹਿਬ ਜ਼ਿਲ੍ਹਾ ਤਰਨ ਤਾਰਨ ਰਹਿਣ ਵਾਲਾ ਮੈਂ ਜੋ ਕਿ ਮੈਨੂੰ ਪਿੰਡ ਨੇ ਬੜਾ ਮਾਣ ਬਖਸ਼ਿਆ ਦੂਸਰੀ ਵਾਰ ਦੋ ਵਾਰ ਮੈਨੂੰ ਸਰਪੰਚ ਸਰਬ ਸੰਮਤੀ ਚੁਣਿਆ ਗਿਆ ਇਸ ਕਰਕੇ ਮੈਂ ਆਪਣੇ ਪਿੰਡ ਦਾ ਅਤੇ ਬਾਹਰੋਂ ਸੱਜਣਾ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਆਪਣੇ ਪਿੰਡ ਹਾਂ ਛੱਪੜ ਦਾ ਵਿਕਾਸ ਪਾਣੀ ਦਾ ਵਿਕਾਸ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਬਾਅਦ ਦੀ ਵਿਕਾਸ ਤਾਜ਼ਾ ਕਰਾਵਾਂਗੇ ਪਿੰਡ ਦੀ ਗਰਾਊਂਡ ਬਣਾਵਾਂਗੇ ਬੱਚਿਆਂ ਵਾਸਤੇ ਫਿਰਨੀ ਪੱਕੀ ਕਰਾਵਾਂਗੇ ਜਿਹੜੇ ਰਹਿੰਦੇ ਰਸਤੇ ਆ ਉਹ ਵੀ ਪੱਕੇ ਕਰਾਵਾਂਗੇ ਬਾਕੀ ਨਸ਼ਿਆਂ ਨੇ ਬਣਾ ਕੇ ਕੰਟਰੋਲ ਬਹੁਤ ਜ਼ਿਆਦਾ ਕੀਤਾ ਜਿਹੜਾ ਥੋੜ੍ਹਾ ਵਾਰ ਰਹਿੰਦਾ ਉੱਤੇ ਵੀ ਕੰਟਰੋਲ ਕਰਕੇ ਤਾਂ ਉਹਨੂੰ ਬੰਦ ਕਰਾਵਾਂਗੇ ਕਿੰਨੇ ਕੁ ਪਰਸੈਂਟ ਤੁਹਾਡੇ ਜ਼ਿਲ੍ਹੇ ਵਿੱਚ ਨਸ਼ੇ ਉੱਤੇ ਕੰਟਰੋਲ ਪੈ ਗਿਆ ਸਾਡੇ ਪਿੰਡ 70-80% ਕੰਟਰੋਲ ਹੋ ਗਿਆ ਟੋਟਲ ਕੋਈ ਟਾਵਾਂ ਟਾਵਾਂ ਰਹਿ ਗਿਆ ਨਹੀਂ ਨਸ਼ਾ ਬਿਲਕੁਲ ਖਤਮ ਹੋਣ ਦੇ ਐਂਡ 'ਤੇ ਆ ਬਾਅਦ ਵਿੱਚ ਚੋਣ ਪੱਤਰ ਬਾਅਦ ਨਸ਼ਾ ਖਤਮ ਕਰਦਾ ਸਰਪੰਚ ਸਾਹਿਬ ਹੋਰ ਦੱਸੋ ਕਿਹੜੇ ਪਿੰਡ ਦੇ ਤੁਹਾਡੇ ਦੂਰੇ ਕੰਮ ਹਾਲ ਤੱਕ ਪੈ ਰਹੇ ਸਰਕਾਰ ਦੀ ਨਿਗਾਹ 'ਚ ਨਹੀਂ ਸਰਕਾਰ ਇੱਕ ਸੜਕਾਂ ਵਾ ਦੋ ਸੜਕਾਂ ਰਹਿੰਦੀਆਂ ਵਾ ਇੱਕ 12ਵੀਂ ਦਾ ਸਕੂਲ ਬਣਾਉਣਾ ਇੱਕ ਉਹ ਰਹਿੰਦਾ ਇੱਕ ਗਰਾਊਂਡ ਨਹੀਂ ਹੈਗੀ ਇੱਕ ਗਰਾਊਂਡ ਬਣਾਉਣਾ ਹੀ ਆ ਉਹ ਬਣਾਉਣੀ ਆ ਮੰਗ ਕਰਨੀ ਆ ਇੱਕ ਹਸਪਤਾਲ ਚਾਲੂ ਕਰਾਉਣਾ ਵੀ ਦੋ ਚਾਰ ਮੰਗਾਂ ਜਿਹੜੀਆਂ ਹੈਗੀਆਂ ਮੇਨ ਆ ਇਹ ਬੱਚਿਆਂ ਬਾਰੇ ਆ ਇਹ ਜ਼ਰੂਰ ਕੰਮ ਕਰਨਾ ਵੀ ਜਿਹੜੀਆਂ ਹੋਣ ਇੱਥੇ ਹਸਪਤਾਲ ਚਾਹੀਦਾ ਪੱਕਾ ਇੱਕ ਗਰਾਊਂਡ ਚਾਹੀਦੀ ਗਰਾਊਂਡ ਨਹੀਂ ਕਿ ਬੱਚਿਆਂ ਨੇ ਖੇਡਣ ਵਾਸਤੇ ਗਰਾਊਂਡ ਦਾ ਜ਼ਰੂਰ ਛੱਪੜਾਂ ਦਾ ਵਿਕਾਸ ਬਹੁਤ ਜ਼ਿਆਦਾ ਜ਼ਰੂਰੀ ਆ ਪਾਣੀ ਦਾ ਵਿਕਾਸ ਹੈ ਨਹੀਂਗਾ ਇਸ ਕਰਕੇ ਇਹਨਾਂ ਗੱਲਾਂ ਵੱਲ ਅਸੀਂ ਧਿਆਨ ਦੇਵਾਂਗੇ ਅਤੇ ਸਰਕਾਰ ਕੋਲ ਮੰਗ ਕਰਾਂਗੇ ਵੀ ਸਾਨੂੰ ਵੀ ਚਾਹੀਦਾ MLA ਸਾਹਿਬ ਕੋਲ ਜਿਹੜਾ ਆਪਣਾ MP ਬਣਿਆ ਉਹਦੇ ਕੋਲ ਮੰਗ ਕਰਾਂਗੇ ਸਰਕਾਰ ਕੋਲ ਮੰਗ ਕਰਾਂਗੇ ਉਹ ਸਾਨੂੰ ਇਹ ਜ਼ਰੂਰੀ ਗਰਾਂਟਾਂ ਚਾਹੀਦੀਆਂ ਇਹਨਾਂ ਵਾਸਤੇ ਹਾਂ ਆਪਦੇ ਪਿੰਡ ਦਾ ਵਿਕਾਸ ਕਰਾਈ ਹਾਂਜੀ MLA ਸਾਹਿਬ ਬਹੁਤ ਚੰਗਾ ਸਰਦਾਰ ਰਮਨਜੀਤ ਸਿੰਘ ਸਿੱਕੀ ਕਿਉਂ ਉਹਦਾ ਹਾਂ ਤਹਿ ਦਿਲੋਂ ਧੰਨਵਾਦ ਕਰਦੇ ਉਹਨਾਂ ਦਾ ਸਰਪੰਚ ਬਣਾਇਆ ਸਾਡੇ ਪਿੰਡ ਦਾ ਵਿਕਾਸ ਕਰਾਇਆ ਸਾਡੇ ਪਿੰਡ ਨੂੰ ਉਹਨੇ 5.5 ਲੱਖ ਗ੍ਰਾਂਟ ਦਿੱਤੀ ਆ ਹੋਰ ਵੀ ਉਹਨੇ ਗ੍ਰਾਂਟਾਂ ਪਹਿਲਾਂ ਵੀ ਦਿੱਤੀਆਂ ਸੀ ਪਹਿਲਾਂ ਵੀ ਉਹਨੇ ਪੱਥਰ ਲਵਾਇਆ ਢਾਹ ਲੱਗੀ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਇੱਕ ਬੰਨ 'ਤੇ ਉਹਨੇ 18 ਲੱਖ ਰੁਪਇਆ ਦਵਾਇਆ ਦੂਜੇ ਦੇ 17 ਲੱਖ ਰੁਪਇਆ ਦਵਾਇਆ ਉਹਨੂੰ ਪੱਕਾ ਕਰ ਲਵੇ ਬੰਨ ਟੁੱਟ ਨਾ ਜਾਵੇ ਉਹਦਾ ਹਾਂ ਪਿੰਡ ਵਾਸੀ ਵੀ ਬਾਹਰੋਂ ਵੀ ਜਿਹੜੇ ਸੱਜਣ ਸਾਡੇ ਕੋਈ ਆਪਣੇ ਭਰਾ ਬਾਹਰ ਗਏ ਆ ਇਹਨਾਂ ਦੇ ਉਹ ਵੀ ਸਾਰਾ ਹੀ ਅਸਾਂ ਉਹਦਾ ਸਹਿਯੋਗ ਕਰਦੇ ਹਾਂ ਧੰਨਵਾਦ ਕਰਦੇ ਹਾਂ MLA ਸਾਹਿਬ ਦਾ ਸਾਡਾ MLA ਸਾਹਿਬ ਬਹੁਤ ਚੰਗਾ ਇਨਸਾਨ ਅਤੇ ਸਾਡੀ ਉਹ ਸੁਣਦਾ